ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਸਰਵਨ ਸਿੰਘ ਹੈ ਜੋ ਪਰਮਾਤਮਾ ਵੱਲੋਂ ਬਖਸ਼ੀ ਦਾਤ ਦਾਸ ਨੂੰ ਪ੍ਰਾਪਤ ਹੋਈ ਹੈ ਲੰਬੇ ਦਾੜੀ ਦੀ ਜੋ ਸਾਰੀ ਦੁਨੀਆਂ ਦੇ ਵਿੱਚ ਸਤਿਗੁਰੂ ਜੀ ਨੇ ਆਪਣੀ ਬਖਸ਼ਿਸ਼ ਦੇ ਕਰਕੇ ਦਾਸ ਨੂੰ ਨਿਵਾਜਿਆ ਹੈ ਮੇਰੇ ਬਾਰੇ ਆਮ ਸੰਗਤਾਂ ਜੋ ਜਾਣਨਾ ਚਾਹੁੰਦੀਆਂ ਹਨ ਮੇਰੀ ਜੋ ਜ਼ਿੰਦਗੀ ਦੀ ਪਹਿਲੀ ਬਣਤਰ ਹੈ ਉਹ ਮਹਿਤਾ ਸਾਹਿਬ ਟਕਸਾਲ ਵਿੱਚੋਂ ਆਰੰਭ ਹੋਈ 1976 ਵਿੱਚ ਮੈਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭੂਰਾ ਕੋਨਾ ਪਿੰਡਾਂ ਵਾਲਿਆਂ ਦੇ ਪਾਸ 9 ਸਾਲ ਦੀ ਉਮਰ ਵਿੱਚ ਜੋ ਉੱਥੇ ਟਕਸਾਲ ਵਿੱਚ ਜਾ ਕੇ ਦਾਖਲ ਹੋਇਆ ਅਤੇ ਉੱਥੋਂ ਹੀ ਮੈਂ ਜੋ ਅਗਲੀ ਜ਼ਿੰਦਗੀ ਦਾ ਆਰੰਭ ਕੀਤਾ ਸੰਤਾਵਾਂ ਪੁਰਸ਼ਾਂ ਦੀ ਸੰਗਤ ਵਿੱਚ ਰਹਿ ਕਰਕੇ ਗੁਰਮੁਖੀ ਕੀਰਤਨ ਦੀ ਸਿੱਖਿਆ ਪ੍ਰਾਪਤ ਕੀਤੀ ਉੱਥੇ ਮੇਰੇ ਸਤਿਕਾਰਯੋਗ ਉਸਤਾਦ ਜੀ ਜੋ ਕੀਰਤਨ ਸਾਨੂੰ ਸਿਖਾਉਂਦੇ ਸਨ ਰੱਗ ਜਸਵੰਤ ਸਿੰਘ ਜੀ ਕੁਲਾਰਾਂ ਵਾਲੇ ਉਹਨਾਂ ਦੀ ਸੇਵਾ ਵਿੱਚ ਮੈਂ ਨਿੱਜੀ ਤੌਰ 'ਤੇ ਸ਼ਾਮਿਲ ਹੋ ਗਿਆ ਅਤੇ ਉਹਨਾਂ ਦੇ ਉਸ ਵਕਤ ਸਿੰਗਾਪੁਰ ਜੋ ਸਿੱਖ ਕੌਂਸਲ ਬਣੀ ਸੀ ਕੀਰਤਨ ਸਿਖਾਉਣ ਵਾਸਤੇ ਕਮੇਟੀ ਬਣੀ ਸੀ ਉਸ ਦੇ ਨਾਲ ਉਹਨਾਂ ਦਾ ਕੰਟੈਕਟ ਹੋਇਆ ਉਹਨਾਂ ਨੂੰ ਇੱਥੇ ਸਿੰਗਾਪੁਰ ਵਿਖੇ ਜੋ ਕੀਰਤਨ ਸਿਖਾਉਣ ਵਾਸਤੇ ਸੰਗਤ ਨੇ ਉਸ ਵਕਤ ਦੀ ਜੋ ਸਿੱਖ ਕਮੇਟੀ ਸੀ ਕੌਂਸਲ ਸੀ ਉਸਨੇ ਬੁਲਾਇਆ ਅਤੇ ਦਾਸ ਉਹਨਾਂ ਦੇ ਨਾਲ ਅਸਿਸਟੈਂਟ ਤੌਰ 'ਤੇ 13 ਸਾਲ ਦੀ ਉਮਰ ਵਿੱਚ ਸਿੰਗਾਪੁਰ ਵਿਖੇ ਪਹੁੰਚੇ ਅਸੀਂ ਅਤੇ ਉਸ ਵਕਤ ਜੋ ਪੁਰਾਣਾ ਗੁਰਦੁਆਰਾ ਵੱਡਾ ਗੁਰਦੁਆਰਾ ਸਾਹਿਬ ਕੁਇਨ ਸਟਰੀਟ 'ਤੇ ਹੁੰਦਾ ਸੀ ਉੱਥੇ ਕਲਾਸਾਂ ਪਹਿਲਾਂ ਆਰੰਭ ਹੋਈਆਂ ਕੀਰਤਨ ਸਿਖਾਉਣ ਵਾਸਤੇ ਫਿਰ ਖਾਲਸਾ ਕਲੱਬ ਜਿਸਨੂੰ ਸਿੰਗਾਪੁਰ ਖਾਲਸਾ ਐਸੋਸੀਏਸ਼ਨ ਵੀ ਕਹਿੰਦੇ ਹਨ ਸੋ ਉੱਥੇ ਪਹੁੰਚ ਕੇ ਅਸੀਂ ਤਕਰੀਬਨ 2 ਸਾਲ ਲਗਾਤਾਰ ਜੋ ਕੀਰਤਨ ਦੀ ਸਿੱਖਿਆ ਹੈ ਅੱਡ ਅੱਡ ਜੋ ਗੁਰਮਤੀਆਂ ਕਲਾਸਾਂ ਸਨ ਸਵੇਰ ਵੇਲੇ ਸ਼ਾਮ ਵੇਲੇ ਅਤੇ ਜੋ ਅੱਡ ਅੱਡ ਗਰੁੱਪ ਬਣ ਕੇ ਜਾਂ ਇੰਡੀਵਿਜੁਅਲ ਤੌਰ 'ਤੇ ਸਾਰਿਆਂ ਬੱਚਿਆਂ ਨੂੰ ਉਸ ਵਕਤ ਤਕਰੀਬਨ 250-300 ਦੇ ਕਰੀਬ ਬੱਚਿਆਂ ਨੇ ਕੀਰਤਨ ਦੀ ਸਿੱਖਿਆ ਪ੍ਰਾਪਤ ਕੀਤੀ 2 ਸਾਲਾਂ ਦੇ ਵਿੱਚ ਅਤੇ ਬਹੁਤ ਸੋਹਣੇ ਬੱਚੇ ਉਸ ਵਕਤ ਜੋ ਗੁਰਬਾਣੀ ਕੀਰਤਨ ਕਰਨ ਲੱਗ ਪਏ ਅੱਡ ਅੱਡ ਜਗ੍ਹਾ ਰਹਿਣ ਸਵਾਈਆਂ ਹੋਣੀਆਂ ਨਾਲ ਬੱਚਿਆਂ ਦੇ ਪਰਫੋਰਮੈਂਸ ਵਾਸਤੇ ਜੋ ਕੀਰਤਨ ਸੁਣਨ ਵਾਸਤੇ ਕਰਨ ਵਾਸਤੇ ਅਸੀਂ ਮਲੇਸ਼ੀਆ ਵਿੱਚ ਵੀ ਹੋਰ ਜਗ੍ਹਾ ਗੁਰਦੁਆਰਿਆਂ ਸਾਹਿਬ ਵਿੱਚ ਜਾਂਦੇ ਰਹੇ ਅਤੇ ਮਹਾਰਾਜ ਦੀ ਮਿਹਰ ਦੇ ਨਾਲ ਬੜਾ ਹੀ ਉਸ ਵਕਤ ਵੀ ਸੰਗਤਾਂ ਵੱਲੋਂ ਕਿਉਂਕਿ ਮੈਂ ਬੱਚੇ ਦੇ ਰੂਪ ਵਿੱਚ ਸੀ ਉਸਤਾਦ ਜੀ ਕੋਲੋਂ ਸਿੱਖਦਾ ਸੀ ਉਸ ਵਕਤ ਸਾਡੇ ਉਸਤਾਦ ਜੀ ਰਾਗੀ ਜਸਵੰਤ ਸਿੰਘ ਜੀ ਉਹ ਮੇਨ ਟੀਚਰ ਸਨ ਅਤੇ ਉਹ ਸਿਖਾਉਂਦੇ ਸਨ ਮੈਂ ਉਹਨਾਂ ਦੇ ਨਾਲ ਲਿਖ ਪੜ੍ਹ ਕੇ ਕਿਉਂਕਿ ਉਹ ਅੱਖਾਂ ਤੋਂ ਉਹਨਾਂ ਨੂੰ ਦਿਸਦਾ ਨਹੀਂ ਸੀ ਅਤੇ ਮੈਂ ਉਹਨਾਂ ਦੀ ਸੇਵਾ ਵੀ ਕਰਦਾ ਸੀ ਨਾਲ ਨਾਲ ਉਹਨਾਂ ਨੂੰ ਜੋ ਨੋਟੇਸ਼ਨ ਸੀ ਬੁੱਕ 'ਤੇ ਲਿਖ ਕੇ ਉਹ ਵੀ ਦਿੰਦਾ ਸੀ ਸੋ ਉਸ ਉਪਰੰਤ ਅਸੀਂ 1981 ਦੇ ਵਿੱਚ ਫਿਰ ਜੋ 2 ਸਾਲ ਦਾ ਕੰਟਰੈਕਟ ਸੀ ਪੂਰਾ ਹੋਣ 'ਤੇ 2 ਸਾਲ ਦਾ ਕੰਟਰੈਕਟ ਸੀ ਜੋ ਪੂਰਾ ਹੋਣ 'ਤੇ ਅਸੀਂ ਵਾਪਸ ਇੰਡੀਆ ਚਲੇ ਗਏ ਅਤੇ ਇੰਡੀਆ ਜਾ ਕਰਕੇ ਮੈਨੂੰ ਉਸਤਾਦ ਜੀ ਨੇ ਉਸ ਵਕਤ ਹੋਰ ਅਪਗ੍ਰੇਡ ਸਿੱਖਣ ਵਾਸਤੇ ਦਮਦਮਾ ਸਾਹਿਬ ਯੂਨੀਵਰਸਿਟੀ ਵਿੱਚ ਉੱਥੇ ਜੋ ਕੀਰਤਨ ਸਿਖਾਉਣ ਵਾਸਤੇ ਮੈਨੂੰ ਭੇਜ ਦਿੱਤਾ ਨਾਲ ਮੈਂ ਉੱਥੇ ਕੀਰਤਨ ਦੀ ਮਿਹਨਤ ਕੀਤੀ ਨਾਲ ਸਿੱਖਿਆ ਉਸ ਉਪਰੰਤ ਮੈਂ ਦਮਦਮੀ ਟਕਸਾਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਤਿੰਨਾਂ ਪਾਸ 1983 ਤੋਂ ਲੈ ਕਰਕੇ 1984 2 ਸਾਲ ਫਿਰ ਦਰਬਾਰ ਸਾਹਿਬ ਨਾਲ ਉਹਨਾਂ ਦੀ ਸੇਵਾ ਕੀਤੀ ਕੀਰਤਨ ਸਿਖਾਉਣ ਦੀ ਸਿੱਖਣ ਦੀ ਕੀਰਤਨ ਕਰਨ ਦੀ ਨਾਲ ਨਾਲ ਟ੍ਰੇਨਿੰਗ ਚੱਲਦੀ ਰਹੀ ਅਤੇ 1984 ਦਾ ਜੋ ਭਿਆਨਕ ਘੱਲੂਘਾਰਾ ਹੈ ਸ੍ਰੀ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਅਤੇ ਉਸ ਵਕਤ ਦਾਸ ਅੰਦਰ ਦਰਬਾਰ ਸਾਹਿਬ ਵਿੱਚ ਸੀ ਸੰਤ ਗਿਆਨੀ ਜਰਨੈਲ ਸਿੰਘ ਜੀ ਨੇ ਸਾਨੂੰ ਸਾਰੇ ਹੀ ਸਿੰਘਾਂ ਨੂੰ ਜੋ ਅਸੀਂ ਕੀਰਤਨ ਕਰ ਸਕਦੇ ਸਾਂ ਸਾਰਿਆਂ ਨੂੰ ਹੁਕਮ ਕੀਤਾ ਕਿ ਤੁਸੀਂ ਸਾਰੇ ਅੰਦਰ ਦਰਬਾਰ ਸਾਹਿਬ ਚਲੇ ਜਾਓ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਜੋ ਹੈ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ ਕਿਉਂਕਿ ਬਾਹਰ ਕਰਫਿਊ ਲੱਗਾ ਹੋਣ ਕਰਕੇ ਅੰਦਰ ਰਾਗੀ ਸਿੰਘ ਜੋ ਪਹੁੰਚ ਨਹੀਂ ਸਕ ਸਕਦੇ ਅਤੇ ਅਸੀਂ ਲਗਾਤਾਰ 6-6 ਘੰਟੇ 7-7 ਘੰਟੇ 4 ਤਰੀਕ 5 ਤਰੀਕ ਅਤੇ 5 ਤਰੀਕ ਸ਼ਾਮ ਤੱਕ ਅਸੀਂ ਕੀਰਤਨ ਕੀਤਾ 5 ਤਰੀਕ ਸ਼ਾਮ ਨੂੰ ਜੋ ਅਸੀਂ ਸੋਦਰ ਦੀ ਡਿਊਟੀ ਸਮਾਪਤੀ ਕੀਤੀ ਉਸ ਉਪਰੰਤ ਅਸੀਂ ਬਾਹਰ ਆਏ ਅਤੇ ਬਾਹਰ ਆਉਣ ਕਰਕੇ ਮੇਰੇ ਨਾਲ ਜੋ 1-2 ਰਾਗੀ ਸਿੰਘ ਸਨ ਉਹ ਸੂਰਮੇ ਸਨ ਉਹਨਾਂ ਨੂੰ ਨੇਤਰਹੀਣ ਸਨ ਦਿਸਦਾ ਨਹੀਂ ਸੀ ਉਹਨਾਂ ਨੂੰ ਬਾਹਰ ਲੈ ਕੇ ਅਸੀਂ ਜੋ ਦਰਬਾਰ ਸਾਹਿਬ ਤੋਂ ਬਾਹਰਲੇ ਪਾਸੇ ਲੈ ਕੇ ਗਏ ਦਾਸ ਵੀ ਨਾਲ ਸੀ ਉਸ ਵਕਤ ਦੁਬਾਰਾ ਆਉਣਾ ਅੰਦਰ ਨਾ ਜਾਇਜ਼ ਸੀ ਕਿਉਂਕਿ ਉਸ ਵਕਤ ਅੰਦਰ ਬਹੁਤ ਜ਼ਿਆਦਾ ਗੋਲੀ ਚੱਲ ਰਹੀ ਸੀ ਅਤੇ ਰਾਤ ਦਾ ਹਨੇਰਾ ਹੋ ਚੁੱਕਾ ਸੀ ਸੋ ਅਸੀਂ ਉਸ ਵਕਤ ਰਾਤ ਉੱਥੇ ਹੀ ਮੁਨਾਸਿਬ ਕੱਟਣੀ ਸਮਝੀ 5 ਤਰੀਕ ਅਤੇ 6 ਤਰੀਕ ਦੀ ਰਾਤ 6 ਤਰੀਕ ਨੂੰ ਸੁਬਹ ਪਤਾ ਲੱਗਾ ਕਿ ਰਾਤ ਸਾਰਾ ਹੀ ਗੌਰਮੈਂਟ ਨੇ ਕਬਜ਼ਾ ਕਰ ਲਿਆ ਹੈ ਫੌਜ ਨੇ ਕਬਜ਼ਾ ਕਰ ਲਿਆ ਹੈ ਬਹੁਤ ਭਿਆਨਕ ਲੜਾਈ ਹੋਈ ਅਤੇ ਉਸ ਉਪਰੰਤ ਅਸੀਂ 6 ਤਰੀਕ ਨੂੰ ਦੁਪਹਿਰ ਵੇਲੇ ਕਰਫਿਊ ਖੁੱਲ੍ਹਾ ਅਤੇ ਜੋ ਰਾਗੀ ਸਿੰਘਾਂ ਦੇ ਸਾਡੇ ਆਈਡੈਂਟੀ ਕਾਰਡ ਬਣੇ ਸਨ ਉਸ ਅਨੁਸਾਰ ਅਸੀਂ ਬਾਹਰ ਨਿਕਲ ਕੇ
ਉਸ ਘੇਰੇ ਵਿੱਚੋਂ ਉਸ ਕਰਫਿਊ ਵਿੱਚੋਂ ਬਾਹਰ ਨਿਕਲ ਗਏ ਅਤੇ ਫਿਰ ਸਹਿਜੇ ਸਹਿਜੇ ਜੋ ਗੁਰੂ ਸਾਹਿਬ ਨੇ ਅਗਲੇ ਜੀਵਨ ਗਾਥਾ ਬਖਸ਼ਿਸ਼ ਕੀਤੀ ਦਰਬਾਰ ਸਾਹਿਬ ਤੇ ਕੀਰਤਨ ਅਸੀਂ ਕਰਦੇ ਸਾਂ ਫਿਰ ਉਸ ਵਕਤ ਤੋਂ ਉਸ ਤੋਂ ਬਾਅਦ ਫਤਿਹਗੜ੍ਹ ਸਾਹਿਬ ਵਿਖੇ ਅਤੇ ਉਸ ਤੋਂ ਉਪਰੰਤ ਤਰਨ ਤਾਰਨ ਸ੍ਰੀ ਦਰਬਾਰ ਸਾਹਿਬ ਵਿਖੇ ਦਾਸ ਨੇ 14 ਸਾਲ ਲਗਾਤਾਰ ਕੀਰਤਨ ਦੀ ਸੇਵਾ ਨਿਭਾਈ ਉਸ ਉਪਰੰਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 3 ਸਾਲ ਕੀਰਤਨ ਕੀਤਾ ਅਤੇ ਉੱਥੋਂ ਹੀ ਸੰਗਤਾਂ ਦੀ ਮੰਗ ਅਨੁਸਾਰ ਜੋ ਬਾਹਰ ਇੰਗਲੈਂਡ ਵਿੱਚ ਅਮਰੀਕਾ ਵਿੱਚ ਅਤੇ ਕੈਨੇਡਾ ਵਿੱਚ ਦਾਸ ਟੂਰ ਤੇ ਜਾਂਦਾ ਸੀ ਕੀਰਤਨ ਅਤੇ ਸੰਗਤਾਂ ਨੂੰ ਜਿਉਂ ਜਿਉਂ ਪਤਾ ਲੱਗਾ ਕਿ ਮੈਂ ਨਾਲ ਕੀਰਤਨ ਦੀ ਸਿਖਲਾਈ ਵੀ ਦੇ ਸਕਦਾ ਹਾਂ ਕਿਉਂਕਿ ਮੇਰੇ ਤਰਨ ਤਾਰਨ ਰਹਿੰਦਿਆਂ ਅੰਮ੍ਰਿਤਸਰ ਰਹਿੰਦਿਆਂ ਬੇਅੰਤ ਹੋਰ ਬੱਚਿਆਂ ਨੇ ਮੇਰੇ ਤੋਂ ਕੀਰਤਨ ਸਿੱਖਿਆ ਸੀ ਉਹ ਪਤਾ ਲੱਗ ਗਿਆ ਸਾਰਿਆਂ ਨੂੰ ਕਿ ਮੈਂ ਕੀਰਤਨ ਦੀ ਸਿਖਲਾਈ ਵੀ ਚੰਗੀ ਤਰ੍ਹਾਂ ਕਰਾ ਸਕਦਾ ਹਾਂ ਸੋ ਮੈਨੂੰ ਕੈਨੇਡਾ ਵਿਖੇ ਸੰਗਤਾਂ ਨੇ ਬੁਲਾਇਆ ਅਤੇ ਉੱਥੇ ਜੋ ਕੈਨੇਡਾ ਦੀ ਸੰਗਤ ਦੇ ਅਨੁਸਾਰ ਮੈਂ ਅੱਡ ਅੱਡ ਗੁਰਦੁਆਰਿਆਂ ਵਿੱਚ ਅੱਡ ਅੱਡ ਅਕੈਡਮੀਆਂ ਦੇ ਵਿੱਚ ਕੀਰਤਨ ਸਿਖਲਾਈ ਕਰਾਉਂਦਾ ਰਿਹਾ ਹੁਣ ਇਸ ਵਕਤ ਮੈਂ ਅਕਾਲ ਅਕੈਡਮੀ ਸਰੀ ਵਿਖੇ ਜੋ ਗੁਰਮਤਿ ਦੀ ਮੇਨ ਟਕਸਾਲ ਹੈ ਉੱਥੋਂ ਦੀ ਮੇਨ ਅਕੈਡਮੀ ਹੈ ਜਿੱਥੇ ਗੁਰਮਤਿ ਦੀ ਅਤੇ ਕੀਰਤਨ ਦੀ ਪੰਜਾਬੀ ਦੀ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਸਾਡੇ ਪਾਸ ਤਕਰੀਬਨ 200-250 ਬੱਚਾ ਹੈ ਜੋ ਅੱਡ ਅੱਡ ਵਿੱਦਿਆ ਲੈ ਰਿਹਾ ਹੈ ਕੁਝ ਕੀਰਤਨ ਸਿੱਖ ਰਹੇ ਨੇ ਅਤੇ ਨਾਲ ਗੁਰਦੁਆਰਾ ਬਲੰਦਪੁਰੀ ਸਾਹਿਬ ਵਿਖੇ ਵੀ ਦਾਸ ਕੀਰਤਨ ਦੀ ਸੇਵਾ ਸਿਖਾਉਣ ਦੀ ਕਰਦਾ ਹੈ ਅਤੇ ਸਾਡੇ ਪਾਸ ਪੰਥ ਦੇ ਪ੍ਰਸਿੱਧ ਨਾਮਵਾਰ ਕਥਾਵਾਚਕ ਸਤਿਕਾਰਯੋਗ ਭਾਈ ਸਾਹਿਬ ਭਾਈ ਜਿੰਦਰਪਾਲ ਸਿੰਘ ਜੀ ਉੱਥੇ ਪਹੁੰਚੇ ਅਤੇ ਉਹਨਾਂ ਨਾਲ ਵਚਨ ਹੋਇਆ ਉਹਨਾਂ ਨੇ ਦੱਸਿਆ ਦਾਸ ਨੂੰ ਕਿ ਅਸੀਂ ਸਿੰਗਾਪੁਰ ਜਾ ਰਹੇ ਹਾਂ ਉੱਥੇ ਨਾਮਰਸ ਕੀਰਤਨ ਦਰਬਾਰ ਹੋ ਰਿਹਾ ਹੈ ਅਤੇ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਵੀ ਨਾਲ ਚੱਲੋ ਅਤੇ ਸੰਗਤਾਂ ਨੂੰ ਉੱਥੇ ਨਾਲ ਮਿਲਾਂਗੇ ਔਰ ਮੇਰੇ ਮਨ 'ਚ ਬੜੇ ਚਿਰ ਦਾ ਫੁਰਨਾ ਸੀ ਕਿਉਂਕਿ ਮੈਂ ਬਚਪਨ ਵਿੱਚ ਇੱਥੇ ਰਹਿ ਕੇ ਗਿਆ ਸੀ ਸਿੰਗਾਪੁਰ ਵਿਖੇ ਅਤੇ ਦਾਸ ਦੇ ਨਾਲ ਫਿਰ ਪ੍ਰੋਗਰਾਮ ਬਣਿਆ ਕੰਟੈਕਟ ਹੋਇਆ ਮੇਰਾ ਜੋ ਇੱਕ ਸ਼ਿਗਿਰਦ ਸੀ ਭਾਈ ਕਮਲਜੀਤ ਸਿੰਘ ਇੱਥੇ ਮਲੇਸ਼ੀਆ ਵਿਖੇ ਰਹਿੰਦਾ ਸੀ ਉਸਨੇ ਨਾਮਰਸ ਕੀਰਤਨ ਦਰਬਾਰ ਕਮੇਟੀ ਦੇ ਨਾਲ ਕੰਟੈਕਟ ਕੀਤਾ ਔਰ ਇਹਨਾਂ ਨੇ ਬੜੇ ਮਾਣ ਦੇ ਨਾਲ ਸਾਨੂੰ ਸਤਿਕਾਰ ਦੇ ਨਾਲ ਬੁਲਾਇਆ ਅਤੇ ਅਸੀਂ ਇੱਥੇ ਪਹੁੰਚੇ ਨਾਮਰਸ ਕੀਰਤਨ ਦਰਬਾਰ ਵਿੱਚ 4 ਹੀ ਦਿਨ ਹਾਜ਼ਰੀ ਭਰੀ ਔਰ ਬੜਾ ਮਨ ਗਦਗਦ ਹੋ ਗਿਆ ਐਸਾ ਲੱਗਾ ਕਿ ਇੱਕ ਵੱਖਰੇ ਹੀ ਲੋਕ ਵਿੱਚ ਵੱਖਰੇ ਹੀ ਮੰਡਲ ਵਿੱਚ ਆ ਗਏ ਹਾਂ ਇਤਨਾ ਸੰਗਤਾਂ ਨੇ ਸਤਿਕਾਰ ਅਤੇ ਪਿਆਰ ਦਿੱਤਾ ਪੁਰਾਣੇ ਜੋ ਸਾਡੇ ਪਾਸ ਕੀਰਤਨ ਸਿੱਖਦੇ ਸਨ ਬੱਚੇ ਸਨ ਉਸ ਵਕਤ ਹੁਣ ਤੇ ਮੇਰੀ ਉਮਰ ਦੇ ਤਕਰੀਬਨ ਕਾਫੀ ਹੋ ਚੁੱਕੇ ਸਨ ਸਾਰਿਆਂ ਨੇ ਜਿਨ੍ਹਾਂ ਜਿਨ੍ਹਾਂ ਪਛਾਣਿਆ ਅਤੇ ਬੜਾ ਪਿਆਰ ਕੀਤਾ ਔਰ ਅਲੱਗ ਅਲੱਗ ਗੁਰਦੁਆਰਿਆਂ ਦੇ ਵਿੱਚ ਬਹੁਤ ਸਨਮਾਨ ਦਿੱਤਾ ਅਤੇ ਅਸੀਂ ਕੀਰਤਨ ਕਰਕੇ ਅਤੇ ਪੁਰਾਣੇ ਜੋ ਸੱਜਣ ਮਿੱਤਰ ਸਨ ਪੁਰਾਣੇ ਬੱਚੇ ਸਨ ਜਿਹੜੇ ਕੀਰਤਨ ਸਿਖਲਾਈ ਉਦੋਂ ਕਰਦੇ ਸਨ ਹੁਣ ਕਈ ਸਿਖਲਾਈ ਦੇ ਰਹੇ ਹਨ ਅਤੇ ਆਪਣੇ ਗਾਂਹ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜ ਰਹੇ ਹਨ ਉਹਨਾਂ ਸਾਰਿਆਂ ਨੂੰ ਮਿਲ ਕੇ ਬਹੁਤ ਹੀ ਖੁਸ਼ੀ ਹੋਈ ਬਹੁਤ ਹੀ ਆਨੰਦ ਆਇਆ ਅਤੇ ਮੈਂ ਮਹਿਸੂਸ ਕਰਦਾ ਹਾਂ ਕਿ ਇਹ ਸਤਿਗੁਰੂ ਦੀ ਜੋ ਮਿਹਰ ਹੈ ਜਿੱਥੇ ਅਸੀਂ ਗੁਰਮਤਿ ਦੇ ਨਾਲ ਬੱਚਿਆਂ ਨੂੰ ਜੋੜ ਰਹੇ ਹਾਂ ਕੀਰਤਨ ਦੇ ਨਾਲ ਬੱਚਿਆਂ ਨੂੰ ਜੋੜ ਰਹੇ ਹਾਂ ਉੱਥੇ ਨਾਲ ਨਾਲ ਅਸੀਂ ਜੋ ਗੁਰਸਿੱਖੀ ਦਾ ਪ੍ਰਭਾਵ ਹੈ ਜੋ ਸਤਿਗੁਰੂ ਜੀ ਨੇ ਸਾਨੂੰ ਦਾਤ ਬਖਸ਼ਿਸ਼ ਕੀਤੀ ਹੈ ਲੰਬੇ ਦਾੜੇ ਦੀ ਔਰ ਦਾਸ ਦਾ ਪਹਿਲਾ ਰੈਕਟ ਜੋ ਹੈ 2008 ਵਿੱਚ ਜੋ ਗਿਨੀਜ਼ ਵਰਲਡ ਰੈਕਟ ਦੇ ਅਨੁਸਾਰ ਮਿਣਤੀ ਹੋਈ ਦਾੜੇ ਦੀ ਉਸ ਵਕਤ 7 ਫੁੱਟ 8 ਇੰਚ ਹੋਇਆ ਸੀ ਫਿਰ ਦੁਬਾਰਾ ਉਹਨਾਂ ਨੇ ਦੁਬਾਰਾ ਇਸ ਦੀ ਮਿਣਤੀ ਕੀਤੀ 2009 ਵਿੱਚ ਇਟਲੀ ਵਿਖੇ ਰੋਮ ਵਿਖੇ ਗਿਨੀਜ਼ ਬੁੱਕ ਵਾਲਿਆਂ ਨੇ ਬੁਲਾਇਆ ਅਤੇ ਉੱਥੇ 7 ਫੁੱਟ 9 ਇੰਚ ਲੰਬਾਈ ਦਾੜੇ ਦੀ ਉਹਨਾਂ ਮਿਣੀ ਅਤੇ ਦੁਬਾਰਾ ਹੁਣ ਨਿਊਯਾਰਕ ਵਿਖੇ ਉਹਨਾਂ ਨੇ ਸਾਨੂੰ ਸੱਦਿਆ ਸੀ ਰਿਜਿਸਕਾਲੀ ਕੈਰੀ ਸ਼ੋਅ 'ਤੇ ਔਰ ਉਸ ਵਕਤ 2011 ਵਿੱਚ ਜੋ ਇਸ ਦੇ ਦਾੜੇ ਦੀ ਲੰਬਾਈ ਹੋਈ ਹੁਣ 8 ਫੁੱਟ 2.5 ਇੰਚ ਹੈ ਤਕਰੀਬਨ 8.25 ਫੁੱਟ ਜੋ ਦਾੜੇ ਦੀ ਸਤਿਗੁਰੂ ਜੀ ਨੇ ਮਿਹਰ ਬਖਸ਼ਿਸ਼ ਕੀਤੀ ਹੈ ਜਦੋਂ ਸੰਗਤਾਂ ਇਸ ਨੂੰ ਦੇਖਦੀਆਂ ਹਨ ਅਤੇ ਬਹੁਤ ਪਿਆਰ ਅਤੇ ਸਤਿਕਾਰ ਗੁਰੂ ਅੱਗੇ ਸਿਰ ਝੁਕਦਾ ਹੈ ਸੰਗਤਾਂ ਅੱਗੇ ਸਿਰ ਝੁਕਦਾ ਹੈ ਜੋ ਗੁਰੂ ਦੀ ਦਾਤ ਨੂੰ ਇੰਨਾ ਪਿਆਰ ਕਰਦੀਆਂ ਹਨ ਸੋ ਦਾਸ ਦੀ ਇਤਨੀ ਕੁ ਵਿਥਿਆ ਹੈ ਔਰ ਆਉਣ ਵਾਲੇ ਸਮੇਂ ਵਿੱਚ ਫੁਰਨਾ ਹੈ ਕਿ ਅਲੱਗ ਅਲੱਗ ਜਗ੍ਹਾ ਜਾ ਕੇ ਜਿੱਥੇ ਜਿੱਥੇ ਵੀ ਸੰਗਤਾਂ ਪਿਆਰ ਕਰਦੀਆਂ ਹਨ ਜਿੱਥੇ ਗੁਰਮਤਿ ਦਾ ਉਪਦੇਸ਼ ਦੇਣਾ ਹੈ ਉੱਥੇ ਬੱਚਿਆਂ ਨੂੰ ਨਾਲ ਨਾਲ ਬੇਨਤੀ ਕਰਨੀ ਹੈ ਇਹ ਕੇਸ ਗੁਰੂ ਦੀ ਬੜੀ ਅਨਮੁੱਲੀ ਮੋਹਰ ਹਨ ਇਸ ਦਾ ਜੇ ਕਿਸੇ ਨੇ ਮੁੱਲ ਪਾਉਣਾ ਹੋਵੇ ਤਾਂ ਪੀਰ ਬੁੱਧੂ ਸ਼ਾਹ ਨੂੰ ਪੁੱਛ ਸਕਦੇ ਹਾਂ ਪੀਰ ਬੁੱਧੂ ਸ਼ਾਹ ਜੀ ਨੇ ਪੰਘਾਣੀ ਦੇ ਯੁੱਧ ਵਿੱਚ ਆਪਣੇ 5 ਪੁੱਤਰ ਸ਼ਹੀਦ ਕਰਾਏ ਗੁਰੂ ਸਾਹਿਬ ਦੇ ਨਾਲ ਮਦਦ ਕਰਦਿਆਂ ਹੋਇਆਂ ਉਸ ਵਕਤ ਜੋ ਪਹਾੜੀ ਰਾਜਿਆਂ ਦੇ ਨਾਲ ਜੰਗ ਹੋਈ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਤਰੁੱਟ ਕੇ ਕਿਹਾ ਕਿ ਪੀਰ ਬੁੱਧੂ ਸ਼ਾਹ ਜੀ ਤੁਹਾਨੂੰ ਕੀ ਅਸੀਂ ਵਰ ਦੇਈਏ ਕੀ ਤੁਹਾਨੂੰ ਬਖਸ਼ਿਸ਼ ਦੇਈਏ ਤੁਸੀਂ ਸਾਡੇ ਤੋਂ ਮੰਗ ਲਓ ਉਸ ਵਕਤ ਸਤਿਗੁਰੂ ਜੀ ਆਪਣੇ ਕੇਸਾਂ ਵਿੱਚ ਕੰਘਾ ਕਰ ਰਹੇ ਸਨ ਤਾਂ ਪੀਰ ਬੁੱਧੂ ਸ਼ਾਹ ਜੀ ਨੇ ਕਿਹਾ ਸੀ ਕਿ ਸਾਨੂੰ ਇੱਕ ਜੋ ਕੰਘੇ ਵਿੱਚ ਕੇਸ ਹਨ ਇਹਨਾਂ ਦੀ ਬਖਸ਼ਿਸ਼ ਕਰ ਦਿਓ ਔਰ ਪੀਰ ਬੁੱਧੂ ਸ਼ਾਹ ਦੇ ਜੀ ਪਰਿਵਾਰ ਕੋਲ ਅੱਜ ਤੱਕ ਉਹ ਕੰਘਾ ਦੇ ਕੇਸ ਹਨ ਗੁਰੂ ਸਾਹਿਬ ਦੇ ਸੋ ਇੰਨੀ ਕੇਸਾਂ ਦੀ ਮਹੱਤਤਾ ਹੈ ਔਰ ਸਾਨੂੰ ਪਰਮਾਤਮਾ ਵੱਲੋਂ ਇਹ ਹਰ ਇਨਸਾਨ ਨੂੰ ਬਖਸ਼ਿਸ਼ ਹੁੰਦੀ ਹੈ ਜੋ ਇਸ ਦੁਨੀਆਂ ਵਿੱਚ ਆਇਆ ਹੈ ਮੇਲ ਨੂੰ ਬਖਸ਼ਿਸ਼ ਹੁੰਦੀ ਹੈ ਵੀ ਮੇਲ ਨੂੰ ਨਹੀਂ ਲੇਕਿਨ ਸਾਨੂੰ ਇਸ ਵੱਖਰੀ ਪਹਿਚਾਣ ਹੈ ਇੱਕ ਮਰਦ ਪੁਣੇ ਦੀ ਸਾਨੂੰ ਇਸ ਨੂੰ ਕਾਇਮ ਰੱਖਣਾ ਚਾਹੀਦਾ ਹੈ ਅਤੇ ਗੁਰੂ ਸਾਹਿਬ ਵੱਲੋਂ ਜੋ ਸਾਨੂੰ ਇਹ ਸਿੱਖੀ ਦੀ ਇੱਕ ਵਡਮੁੱਲੀ ਨਿਸ਼ਾਨੀ ਦਿੱਤੀ ਗਈ ਹੈ ਇਸ ਦੇ ਬਿਨਾਂ ਸਤਿਗੁਰੂ ਜੀ ਨੇ ਵਚਨ ਕੀਤਾ ਹੈ ਕਿ ਬਿਨਾਂ ਤੇਗ ਕੇਸੰਗ ਦੇਵੋ ਨਾ ਦੀਦਾਰੇ ਬਿਨਾਂ ਤੇਗ ਕੇਸੰਗ ਨਰਮ ਭੇਟ ਜਾਨੋ
ਗਹਿ ਕਾਨ ਤਾਕ ਹੈ ਕਿਤੇ ਲੈ ਸਿਧਾਨੋ ਸੋ ਕਿਸਾ ਕੇਸਾ ਤੋਂ ਬਿਨਾਂ ਸਤਿਗੁਰੂ ਜੀ ਕਹਿੰਦੇ ਹਨ ਸਿੱਖ ਕਹਾਉਣ ਦਾ ਤੂੰ ਹੱਕਦਾਰ ਵੀ ਨਹੀਂ ਹੈ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ ਸੋ ਰਹਿਤ ਬਿਨਾ ਨਹਿ ਸਿੱਖ ਕਹਾਵੇ ਸੋ ਸਾਨੂੰ ਗੁਰੂ ਕੀ ਆਗਿਆ ਦਾ ਪਾਲਣ ਕਰਦੇ ਹੋਏ ਗੁਰੂ ਕੀ ਉਪਦੇਸ਼ ਦੇ ਨਾਲ ਜੁੜਦਿਆਂ ਹੋਇਆਂ ਜਿੱਥੇ ਕੇਸਾਂ ਦੀ ਅਸੀਂ ਪ੍ਰਤਪਾਲਣਾ ਕਰਨੀ ਹੈ ਆਪਣੇ ਸਰੂਪ ਨੂੰ ਕਾਇਮ ਰੱਖਣਾ ਹੈ ਉੱਥੇ ਸਤਿਗੁਰੂ ਦੇ ਉਪਦੇਸ਼ ਨਾਲ ਜੁੜ ਕੇ ਗੁਰਬਾਣੀ ਸ਼ਬਦ ਗੁਰੂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਿਆ ਕਰਨਾ ਹੈ ਅਤੇ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਕਰਨੇ ਹਨ ਇਤਨੀ ਹੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ